ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ YouTube ਚੈਨਲ ਸਪੋਰਟ ਫॉर এডੂਕੇਸ਼ਨ ਵਿੱਚ ਮੈਂ ਅਧਿਆਪਕ ਅਰਵਿੰਦਰ ਸਿੰਘ ਆਪ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਤੇ ਅੱਜ ਅਸੀਂ ਕਰਾਂਗੇ ਪੰਜਾਬੀ ਜਮਾਤ 9ਵੀਂ ਸਾਹਿਤਮਾਲਾ ਪੁਸਤਕ ਵਿੱਚੋਂ ਪਾਠ ਕਵਿਤਾ ਦਾ ਨਾਂ ਹੈ ਮਾਤਾ ਗੁਜਰੀ ਜੀ ਜੋ ਕਿ ਲਿਖੀ ਹੈ ਨੰਦ ਲਾਲ ਨੂਰਪੁਰੀ ਜੀ ਨੇ ਦੋਸਤੋ ਨੰਦ ਲਾਲ ਨੂਰਪੁਰੀ ਜੀ ਪੰਜਾਬੀ ਪਾਸ਼ਾ ਦੇ ਬਹੁਤ ਹੀ ਮਸ਼ਹੂਰ ਗੀਤਕਾਰ ਅਤੇ ਕਵੀ ਸਨ ਉਹਨਾਂ ਦੀਆਂ ਰਚਨਾਵਾਂ ਪੰਜਾਬ ਬੋਲਿਆ ਨਾ ਹੈ ਛਪੇ ਕਿਤਾਬ ਵਿੱਚ ਦਰਜ ਹਨ ਹੁਣ ਅਸੀਂ ਪੜ੍ਹਦੇ ਹਾਂ ਕਵਿਤਾ ਮਾਤਾ ਗੁਜਰੀ ਜੀ ਅੱਧੀ ਰਾਤੀ ਮਾਂ ਗੁਜਰੀ ਬੈਠੀ ਕੋੜੀਆਂ ਚੰਦਾਂ ਦੀਆਂ ਗਾਵੇ ਅੱਖੀਆਂ ਦੇ ਤਾਰੇ ਦਾ ਮੈਨੂੰ ਚਾਨਣਾ ਨਜ਼ਰ ਨਾ ਆਵੇ ਨੀਂ ਕਰ ਜਦੋਂ ਸੌਣ ਲੱਗੇ ਮੇਰੇ ਕੋਲ ਹੀਰਿਆਂ ਦੀ ਜੋੜੀ ਪਿੰਡੀਆਂ ਤੇ ਹੱਥ ਫੇਰ ਕੇ ਮੈਂ ਆਖਿਆ ਵੰਡੂੰਗੀ ਲੋੜੀ ਟਿੱਡ ਦਾ ਸੇਕ ਬੁਰਾ ਨੀ ਮੈਥੋ ਚੱਲਿਆ ਨਾ ਜਾਵੇ ਅੱਧੀ ਰਾਤੀ માં ਗੁਜਰੀ ਬੈਠੀ ਕੋੜੀਆਂ ਚੰਦਾਂ ਦੀਆਂ ਗਾਵੇ ਦੋਸਤੋ ਇਸ ਕਵਿਤਾ ਵਿੱਚ ਉਸ ਸਮੇਂ ਦੀ ਗੱਲ ਕੀਤੀ ਗਈ ਹੈ ਜਿਸ ਸਮੇਂ ਦੋ ਛੋਟੇ ਸਹਬਜ਼ਾਦੇ ਸ਼ਹਿਜ਼ਾਦਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਸ਼ਹੀਦ ਹੋਏ ਤੇ ਇਹ ਮੰਨਿਆ ਜਾਂਦਾ ਹੈ ਕਿ ਮਾਤਾ ਗੁਜਰੀ ਜੀ ਵੀ ਉਸੇ ਸਮੇਂ ਸ਼ਹੀਦ ਹੋਏ ਜਿਸ ਸਮੇਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦੀ ਪ੍ਰਾਪਤ ਹੋਈ ਪਰ ਇਸ ਕਵਿਤਾ ਵਿੱਚ ਕਵੀ ਨੰਦ ਲਾਲ ਨੂਰਪੁਰੀ ਦੀ ਇਹ ਕਲਪਨਾ ਹੈ ਇਹ ਸੋਚ ਹੈ ਜਾਂ ਇਮੇਜਿਨੇਸ਼ਨ ਹੈ ਕਿ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦੀ ਪ੍ਰਾਪਤ ਹੋਈ ਉਸ ਤੋਂ ਬਾਅਦ ਅੱਧੀ ਰਾਤ ਦੇ ਸਮੇਂ ਮਾਤਾ ਗੁਜਰੀ ਜੀ ਕੀ ਸੋਚ ਰਹੇ ਸਨ ਦੋਸਤੋ ਆਪ ਜੀ ਨੂੰ ਪਤਾ ਹੀ ਹੋਣਾ ਕਿ ਮਾਤਾ ਗੁਜਰੀ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਸਨ ਤੇ ਸਹਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਹਬਜ਼ਾਦਾ ਫਤਿਹ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਹਬਜ਼ਾਦੇ ਸਨ ਤੇ ਕਵੀ ਕਹਿ ਰਹੇ ਹਨ ਅੱਧੀ ਰਾਤ ਦੇ ਸਮੇਂ ਮਾਤਾ ਗੁਜਰੀ ਜੀ ਬੈਠੀ ਕੋੜੀਆਂ ਯਾਨੀ ਕਿ ਗੀਤ ਚੰਦਾ ਲੀਆਂ ਗਾਵੇ ਤੇ ਚੰਦ ਕੌਣ ਹਨ ਚੰਦ ਉਹ ਸਹਿਬਜ਼ਾਦੇ ਹਨ ਸਹਿਬਜ਼ਾਦਾ ਚਰਾਬਰ ਸਿੰਘ ਜੀ ਸਹਿਬਜ਼ਾਦਾ ਫਤੇ ਸਿੰਘ ਜੀ ਅਖੀਆਂ ਦੇ ਤਾਰਿਆਂ ਦਾ ਮੈਨੂੰ ਚਾਨਣਾ ਨਜ਼ਰ ਨਾ ਆਵੇ ਤੇ ਕੀ ਹੋਇਆ ਕਿ ਹੁਣ ਜਿਹੜੇ ਛੋਟੇ ਸਹਿਬਜ਼ਾਦੇ ਦੀ ਸ਼ਹੀਦੀ ਹੈ ਉਹ ਹੋ ਚੁੱਕੀ ਹੈ ਉਹਨਾਂ ਨੂੰ ਨੀਆਂ ਵਿੱਚ ਚੜਾ ਦਿੱਤਾ ਗਿਆ ਜਿਸ ਕਰਕੇ ਉਹ ਕਿਹਦਰੇ ਨਜ਼ਰ ਨਹੀਂ ਆ ਰਹੇ ਕਿ ਮਾਤਾ ਜੀ ਹੁਣ ਠੰਡੇ ਬੁਝ ਵਿੱਚ ਬੈਠੇ ਨੇ ਤੇ ਪਰ ਛੋਟੇ ਸਹਿਬਜ਼ਾਦੇ ਉਹਨਾਂ ਨੂੰ ਕਿਤੇ ਨਜ਼ਰ ਨਹੀਂ ਆ ਰਹੇ ਅੱਖੀਆਂ ਦਾ ਤਾਰਾ ਹੁਣ ਤੋਂ ਅਰਥ ਹੈ ਬਹੁਤ ਪਿਆਰੇ ਕਿ ਜਿਹੜੇ ਬਹੁਤ ਪਿਆਰੇ ਸਹਿਬਜ਼ਾਦੇ ਨੇ ਉਹ ਨਜ਼ਰ ਨਹੀਂ ਆ ਰਹੇ ਨੀ ਕਲ ਜਦ ਉਸ ਹੋਣ ਲੱਗੀ ਮੇਰੇ ਕੋਲ ਹੀਰਿਆਂ ਦੀ ਜੋੜੀ ਪਿੰਡੀਆਂ ਤੇ ਹੱਥਾਂ ਫੇਰ ਕੇ ਮੈਂ ਆਖਿਆ ਬੰਡੂਗੀ ਲੋਰੀ ਹੁਣ ਇੱਕ ਦਿਨ ਪਹਿਲਾਂ ਦੀ ਰਾਤ ਜਦੋਂ ਛੋਟੇ ਸਹਿਬਜ਼ਾਦੇ ਮਾਤਾ ਜੀ ਕੋਲ ਸੌਣ ਲੱਗੇ ਹੀਰਿਆਂ ਦੀ ਜੋੜੀ ਤੋਂ ਪਾਵੇ ਛੋਟੇ ਸਹਬਜ਼ਾਦੇ ਜਦੋਂ ਸੌਣ ਲੱਗੇ ਮਾਤਾ ਜੀ ਕੋਲ ਤੇ ਮਾਤਾ ਜੀ ਨੇ ਪਿੰਡਿਆਂ ਤੇ ਹੱਥ ਫੇਰ ਕੇ ਯਾਨੀ ਕਿ ਸਰੀਰ ਦੇ ਉੱਪਰ ਹੱਥ ਫੇਰ ਕੇ ਆਖਿਆ ਕਿ ਇਸ ਵਾਰ ਮੈਂ ਲੋੜੀ ਵੰਡਾਂਗੀ ਟਿੱਡ ਦਾ ਸੇਖ ਬੁਰਾ ਨਹੀਂ ਮੈਥੋਂ ਚੱਲਿਆ ਨਾ ਜਾਵੇ ਅੱਧੀ ਰਾਤੀ ਮਾਂ ਗੁਜਰੀ ਬੈਠੀ ਕੋੜੀਆਂ ਚੰਦਾਂ ਦੀਆਂ ਜਾਵੇ ਤੇ ਟਿੱਡ ਦਾ ਸੇਖ ਦਾ ਅਰਥ ਹੁੰਦਾ ਮਾਂ ਦਾ ਪਿਆਰ ਜਾਂ ਮਾਂ ਦੀ ਮਮਤਾ ਤੇ ਐਨਾ ਸਤਰਾਂ ਵਿੱਚ ਕਿਹਾ ਗਿਆ ਹੈ ਕਿ ਬੱਚਿਆਂ ਦਾ ਵਿਛੋੜਾ ਮਾਤਾ ਜੀ ਤੋਂ ਜਿਹੜਾ ਹੈ ਉਹ ਛੱਲਿਆ ਨਹੀਂ ਜਾ ਰਿਹਾ ਸੁਪਨਾ ਸੱਚ ਹੋ ਗਿਆ ਮੇਰੇ ਨਾਲ ਝਗੜ ਪਈ ਹੋਣੀ ਇਟ ਉੱਤੇ ਇਟ ਰੱਖ ਕੇ ਤੇਰੇ ਹੀਰਿਆਂ ਦੀ ਚਮਕ ਲੁਕੋਣੀ ਨੀ ਛਾਤੀ ਨਾਲ ਮੈਂ ਲਾ ਲੇ ਜਾਂ ਉਹ ਉਛਲੀ ਪਰਨ ਕਲਾਵੇ ਅੱਧੀ ਰਾਤੀ ماں ਗੁਜਰੀ ਬੈਠੀ ਕੋੜੀਆਂ ਚੰਦਾਂ ਦੀਆਂ ਗਾਵੇ ਤੇ ਇਹਨਾਂ 17 ਵਿੱਚ ਕਿਹਾ ਗਿਆ ਹੈ ਕਿ ਮਾਤਾ ਜੀ ਦਾ ਜਿਹੜਾ ਸੁਪਨਾ ਹੈ ਉਹ ਸੱਚ ਹੋ ਗਿਆ ਤੇ ਉਹਨਾਂ ਦੇ ਸੁਪਨੇ ਵਿੱਚ ਹੋਣੀ ਆਈ ਸੀ ਤੇ ਉਹਨੇ ਕਿਹਾ ਸੀ ਕਿ ਇਟ ਉੱਤੇ ਇਟ ਰੱਖ ਕੇ ਤੇਰੇ ਹੀਰਿਆਂ ਦੀ ਚਮਕ ਲਕੋਣੀ ਹੈ ਇਸ ਵਿੱਚ ਇਟ ਉੱਤੇ ਇਟ ਰੱਖਣ ਤੋਂ ਭਾਵ ਹੈ ਮੀਹਾਂ ਵਿੱਚ ਡਵਾਣਾ ਅਤੇ ਇਸ ਵਿੱਚ ਹੀਰੇ ਹੈ ਉਹ ਛੋਟੇ ਸਬਜਾਦੇ ਵਾਲੀ ਵਰਤਿਆ ਗਿਆ ਹੈ ਤੇ ਚਮਕ ਲਕੋਣੀ ਤੋਂ ਭਾਵ ਹੈ ਸਹੀਦੀ ਪ੍ਰਾਪਤ ਕਰਨਾ ਤੇ ਉਸ ਤੋਂ ਬਾਅਦ ਮਾਤਾ ਜੀ ਨੇ ਦੋਨੋਂ ਸੇਬਜਾਤਿਆਂ ਨੂੰ ਆਪਣੀ ਛਾਤੀ ਨਾਲ ਲਗਾ ਲਿਆ ਇੱਕ ਦਿਨ ਪੁੱਛਦੇ ਸੀ ਦਾਦੀ ਪਿਤਾ ਜੀ ਕੋਲ ਕਦ ਜਾਣਾ ਐਤ ਕੀ ਤਾ ਰਜ ਰਜ ਕੇ ਅਸੀਂ ਹੱਸ ਹੱਸ ਕਰ ਲੱਗ ਜਾਣਾ ਇੱਕ ਇੱਕ ਬੋਲ ਚੰਦਰਾ ਨਹੀਂ ਮੇਰੇ ਤੂੰ ਕਾਲਜੇ ਨੂੰ ਪਾਵੇ ਅੱਧੀ ਰਾਤੀ ਮਾਂ ਗੁਜਰੀ बैठे कोड़ियां चंदां दियां गावे इस ਵਿੱਚ ਕਵੀ ਕਹਿੰਦਾ ਹੈ ਕਿ ਮਾਤਾ ਜੀ ਇਹ ਯਾਦ ਕਰ ਰਹੀ ਨੇ ਕਿ ਇੱਕ ਦਿਨ ਸਹਿਬਜ਼ਾਦੇ ਛੋਟੇ ਸਹਿਬਜ਼ਾਦੇ ਪੁੱਛ ਰਹੇ ਸੀ ਕਿ ਅਸੀਂ ਪਿਤਾ ਜੀ ਕੋਲ ਕਦ ਜਾਣਾ ਤੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਛੋਟੇ ਸਹਿਬਜ਼ਾਦੇ ਆਪਣੇ ਪਿਤਾ ਜੀ ਤੋਂ ਅਲੱਗ ਹੋ ਗਏ ਸੀਗੇ ਅਤੇ ਆਪਣੀ ਦਾਦੀ ਜੀ ਯਾਨੀ ਕਿ ਮਾਤਾ ਗੁਜਰੀ ਜੀ ਕੋਲ ਸੀਗੇ ਦੇ ਉਹ ਪੁੱਛ ਰhese ਸੀ ਕਿ ਅਸੀਂ ਪਿਤਾ ਜੀ ਕੋਲ ਕੱਦ ਜਾਣਾ। ਯਾਨੀ ਕਿ ਅਸੀਂ ਪਿਤਾ ਜੀ ਕੋਲ ਕਦੋਂ ਜਾਣਾ? ਜਦੋਂ ਅਸੀਂ ਪਿਤਾ ਜੀ ਨੂੰ ਮਿਲਾਂਗੇ, ਯਾਨੀ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਾਂਗੇ ਤਾਂ ਅਸੀਂ ਹੱਸ ਕੇ ਉਹਨਾਂ ਨੂੰ ਗੱਲ ਨਾਲ ਲਾਣਾ ਹੈ। ਉਸ ਤੋਂ ਬਾਅਦ ਕਵੀ ਕਹਿੰਦਾ ਹੈ ਕਿ ਮਾਤਾ ਗੁਜਰੀ ਜੀ ਐ ਸੋਚ ਰਹੇ ਹਨ ਕਿ ਉਹ ਦੋ ਛੋਟੇ ਸਹਬਜ਼ਾਦੇੰ ਦਾ ਇੱਕ-ਇੱਕ ਬੋਲ ਉਹਨਾਂ ਦੇ ਕਾਲਜੇ ਨੂੰ ਖੇਚਾ ਉਹ ਪਾਰਿਆ ਹੈ। ਕੱਲ ਮੇਰੇ ਕੋਲ ਵਸਦੇ ਅੱਜ ਨਜ਼ਰ ਕਿਤੇ ਨਾ ਆਂਦੇ ਨਿੱਕੇ ਨਿੱਕੇ ਉਧਰੇ ਹੋਏ ਕਿੰਨੂ ਹੋਣ ਕੇ ਦਰਦ ਸੁਣਾਉਂਦੇ ਵੇ ਲੱਭ ਤੇ ਸਹੀ ਨੂਰਪੁਰੀ ਮੇਰੇ ਨੈਣਾ ਨੂੰ ਨੀਂਦ ਨਾ ਆਵੇ ਅੱਧੀ ਰਾਤੀ ਮਾਂ ਗੁਜਰੀ ਬੈਠੀ ਕੋਣੀਆਂ ਚੰਦਾਂ ਦੀਆਂ ਗਾਵੇ ਇਸ ਤੋਂ ਬਾਅਦ ਕਵੀ ਕਹਿ ਰਿਹਾ ਹੈ ਕਿ ਮਾਤਾ ਗੁਜਰੀ ਜੀ ਸੋਚ ਰਹੇ ਹਨ ਕਿ ਕਰਤੇ ਉਹ ਛੋਟੇ ਸਹਿਬਜ਼ਾਦੇ ਮੇਰੇ ਕੋਲ ਹੀ ਵਸਰੇ ਸੰ ਪਰ ਅੱਜ ਕਿਤੇ ਮੈਨੂੰ ਨਜ਼ਰ ਨਹੀਂ ਆ ਰਹੀ ਤੇ ਉਹ ਨਿੱਕੇ ਨਿੱਕੇ ਸਹਬਜ਼ਾਦਿਆਂ ਦੇ ਉੱਪਰ ਬਹੁਤ ਜ਼ਿਆਦਾ ਜ਼ੁਲਮ ਹੋ ਰਿਹਾ ਹੈ ਉਹ ਕਿਸ ਨੂੰ ਆਪਣਾ ਦਰਦ ਸੁਣਾਉਂਦੇ ਹੋਣੇ ਹੁਣ ਮਾਤਾ ਜੀ ਕਹਿ ਰਹੇ ਹਨ ਕਿ ਉਹਨਾਂ ਨੂੰ ਲੱਭੋ ਤੇ ਸਹੀ ਮੇਰੀਆਂ ਅੱਖਾਂ ਨੂੰ ਉਹਨਾਂ ਦੇ ਬਿਗੈਰ ਉਹ ਨੀਂਦ ਨਹੀਂ ਆ ਰਹੀ ਹੈ ਅਤੇ ਮਾਤਾ ਗੁਜਰੀ ਜੀ ਅੱਧੀ ਰਾਤੀ ਉੱਠ ਕੇ ਆਪਣੇ ਪੁੱਤਰਿਆਂ ਦੇ ਵਿਛੋੜੇ ਤੇ ਮੌਤ ਦੇ ਸੱਲ ਨੂੰ ਕੋੜੀਆਂ ਗਾ ਕੇ ਪ੍ਰਗਟ ਕਰ ਰਹੇ ਹਨ ਤੇ ਦੋਸਤੋ ਐਸੀ ਕੇ ਇਸ ਕਵਿਤਾ ਦੇ ਅਰਥ ਹੁਣ ਅਸੀਂ ਇਸ ਪਾਠ ਦਾ ਅਭਿਆਸ ਹੱਲ ਕਰਾਂਗੇ ਇਸ ਵਿੱਚ ਸਭ ਤੋਂ ਪਹਿਲਾ ਪ੍ਰਸ਼ਨ ਹੈ ਮਾਤਾ ਗੁਜਰੀ ਜੀ ਕਵਿਤਾ ਦਾ ਕੇਂਦਰੀ ਭਾਵ ਲਿਖੋ ਇਸ ਵਿੱਚ ਅਸੀਂ ਲਿਖਣਾ ਹੈ ਮਾਤਾ ਗੁਜਰੀ ਜੀ ਨੇ ਆਪਣੇ ਪੋਤਰਿਆਂ ਸਹਿਬਜ਼ਾਦਾ ਜੋਰਾਵਰ ਸਿੰਘ ਅਤੇ ਸਹਿਬਜ਼ਾਦਾ ਫਤਿਹ ਸਿੰਘ ਦੀ ਸਹਿਦੀ ਮਗਰ ਉਹਨਾਂ ਦੇ ਵਿਛੋੜੇ ਦੇ ਦੁੱਖ ਨੂੰ ਘੋੜੀਆਂ ਗਾ ਕੇ ਪ੍ਰਗਟ ਕੀਤਾ ਹੈ ਉਹ ਕਹਿ ਰਹੇ ਸੰ ਕਿ ਉਹਨਾਂ ਨੂੰ ਅਜ ਆਪਣੀਆਂ ਅੱਖਾਂ ਦੇ ਤਾਰਿਆਂ ਦੀ ਰੋਸ਼ਨੀ ਦਿਖਾਈ ਨਹੀਂ ਦੇ ਰਹੀ ਅਤੇ ਉਹਨਾਂ ਦੇ ਵਿਛੋੜੇ ਨੂੰ ਸਹਿਣਾ ਉਹਨਾਂ ਲਈ ਬੜਾ ਹੀ ਔਖਾ ਹੈ ਮਾਤਾ ਗੁਜਰੀ ਜੀ ਕਵਿਤਾ ਕਿਹੜੇ ਸਾਹਿਬਜ਼ਾਦਿਆਂ ਵੱਲ ਸੰਕੇਤ ਕਰਦੀ ਹੈ माता गुजरी जी कविता छोटे साहबजाद साहबजादा जोरावर सिंह जी और साहबजादा फतेह सिंह जी वाल संकेत कर दी है हम असी करा कुछ वस्तुनिष्ठ प्रश्न छोटे साहबजाद के दादा जी कौन सन गुरु तेग बहादुर जी माता गुजरी जी किस कवि की रचना है नंदलाल नूरपुरी दी ਛੋਟੇ ਸਹਿਬਜ਼ਾਦੇ ਕਿਵੇਂ ਸ਼ਹੀਦ ਕਿਤੇ ਗਏ ਸਨ ਨੀਹਾਂ ਵਿੱਚ ਚੜਵਾ ਕੇ ਨੰਦ ਲਾਲ ਨੂੰ ਪੂਰੀ ਦੀ ਕਵਿਤਾ ਮਾਤਾ ਗੁਜਰੀ ਜੀ ਦੇ ਵਿੱਚ ਹੀਰਿਆਂ ਦੀ ਜੋੜੀ ਕਿਸ ਨੂੰ ਕਿਹਾ ਗਿਆ ਹੈ ਛੋਟੇ ਸਹਿਬਜ਼ਾਦੇ ਸਹਿਬਜ਼ਾਦਾ ਜੁਰਾਵਰ ਸਿੰਘ ਜੀ ਅਤੇ ਸਹਿਬਜ਼ਾਦਾ ਫਤਿਹ ਸਿੰਘ ਜੀ ਨੂੰ ਤੇ ਦੋਸਤੋ ਹੁਣ ਸਾਡਾ ਅਪਾਰਟ ਸੰਪੂਰਨ ਹੋ ਗਿਆ ਤੇ ਜੇ ਤੁਸੀਂ ਇਸ ਕਵਿਤਾ ਦੇ ਅਰਥ ਚੰਗੀ ਤਰ੍ਹਾਂ ਕਰ ਲੋਗੇ ਤੇ ਜੇ ਤੁਹਾਡਾ ਐਗਜ਼ਾਮ ਵਿੱਚ ਤੁਹਾਡੇ ਪੇਪਰ ਵਿੱਚ ਤੁਹਾਡੀ ਪ੍ਰੀਖਿਆ ਵਿੱਚ ਕੋਈ ਵੀ ਪ੍ਰਸ਼ਨ ਆਂਦਾ ਹੈ ਇਸ ਕਵਿਤਾ ਨੂੰ ਲੈ ਕੇ ਤੁਸੀਂ ਉਸ ਨੂੰ ਬਹੁਤ ਹੀ इजीली ਬਹੁਤ ਹੀ ਆਰਾਮ ਨਾਲ ਆਸਾਨੀ ਨਾਲ ਹੱਲ ਕਰ ਸਕਦੇ ਹੋ ਤੇ ਜੇ ਇਹ ਪਾਠ ਪੜਦਿਆਂ ਦਾਸ ਕੋਲੋਂ ਕੋਈ ਵੀ ਪੁੱਲਚੁੱਕ ਹੋ ਗਈ ਹੋਏ ਪੁੱਲਾ ਚੁੱਕਾਂ ਦੀ ਮਾਫੀ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ